ਸਤਿ ਸ੍ਰੀ ਅਕਾਲ ਜੀ ਇਹ ਵਾਲੀ ਮਸ਼ੀਨ ਆਪਣੇ ਪੰਜਾਬ ਵਿੱਚ ਚੱਲ ਰਹੀ ਆ ਕਿਸੇ ਬਾਹਰਲੇ ਮੁਲਕ ਦਾ ਸੀਨ ਨਹੀਂ ਬਸ ਫਰਕ ਇੰਨਾ ਕੀ ਆ ਕਿ ਇਹ ਵਾਲਾ ਜੋ ਟਰੈਕਟਰ ਆ ਇਹ ਇੰਗਲੈਂਡ ਤੋਂ ਮੰਗਵਾਇਆ ਅਤੇ ਮਸ਼ੀਨ ਬੈਲਜੀਅਮ ਤੋਂ ਦੋਨੋਂ ਨਿਊ ਹਾਲੈਂਡ ਕੰਪਨੀ ਦੇ ਆ ਜੋ ਇਸ ਨੂੰ ਚਲਾਉਣ ਵਾਲਿਆਂ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਅਤੇ ਮਸ਼ੀਨ ਦੇ ਬਾਰੇ ਕਾਫੀ ਕੁਝ ਤੁਹਾਡੇ ਨਾਲ ਹੋਰ ਜਾਣਕਾਰੀਆਂ ਵੀ ਸਾਂਝੀਆਂ ਕਰਾਂਗੇ ਤੁਸੀਂ ਪਹਿਲਾਂ ਜਿੰਨੀਆਂ ਵੀ ਮਸ਼ੀਨਾਂ ਵੇਖੀਆਂ ਉਹ ਛੋਟੇ ਬੇਲਰ ਬਣਾਉਣ ਵਾਲੀਆਂ ਮਸ਼ੀਨਾਂ ਜਿਸ ਦਾ ਵਜ਼ਨ ਤਕਰੀਬਨ 35-40 ਕਿਲੋ ਇੱਕ ਬੇਲਰ ਦਾ ਹੁੰਦਾ ਲੇਕਿਨ ਇਹ ਜੋ ਬੇਲਰ ਬਣਾਉਂਦੀ ਆ ਇਸ ਦਾ ਜੋ ਸਾਈਜ਼ ਆ 6 ਫੁੱਟ ਬਾਈ 4 ਫੁੱਟ ਤਕਰੀਬਨ 3 ਫੁੱਟ ਉੱਚਾ ਅਤੇ ਇਸ ਦਾ ਜੋ weight ਆ 5 ਤੋਂ 6 ਕੁਇੰਟਲ ਹੋ ਸਕਦਾ ਉਹ ਪਰਾਲੀ ਗਿੱਲੀ ਅਤੇ ਸੁੱਕੀ ਤੇ ਨਿਰਪਰ ਕਰਦਾ ਅਤੇ ਇਸ ਦੀ ਜੋ ਕੰਮ ਕਰਨ ਦੀ ਸਮਰੱਥਾ ਉਹ ਕਹਿੰਦੇ ਆ ਵੀ ਜੇ ਪਰਾਲੀ ਸੁੱਕੀ ਆ ਤੇ 100 ਕਿੱਲਾ ਅਤੇ ਜੇ ਪਰਾਲੀ ਗਿੱਲੀ ਆ ਤੇ ਅਸੀਂ 70 ਕਿੱਲਿਆਂ ਦੇ ਬੈਲਰ ਸ਼ਾਮ ਨੂੰ ਬਣਾ ਦਿੰਨੇ ਆ ਅਤੇ ਇਹਨਾਂ ਦੋਨਾਂ ਦੀ ਇਹ ਕੀਮਤ ਦੱਸਦੇ ਆ ਜੀ 1.5 ਕਰੋੜ ਰੁਪਈਆ ਇੰਨੀ ਕੁ ਮਹਿੰਗੀ ਇਹ ਮਸ਼ੀਨ ਆ ਇਹ ਵਾਲਾ ਜੋ ਟਰੈਕਟਰ ਇਹ ਹੈਗਾ ਜੀ 142 ਹਾਰਸ ਪਾਵਰ ਦਾ 4x4 ਅਤੇ ਇਸ ਦੀ ਜੇ ਤੇਲ ਦੀ ਖਪਤ ਦੀ ਗੱਲ ਕਰੀਏ ਪਰ ਇਹਨਾਂ ਨੇ ਦੱਸਿਆ ਕਿ ਅਸੀਂ ਇਸ ਵਿੱਚ ਸਵੇਰ 250 ਲੀਟਰ ਤੇਲ ਪਾਉਣੇ ਹੁੰਦੇ ਆ ਅਤੇ ਸ਼ਾਮ ਤੱਕ ਉਹ ਖਤਮ ਹੋ ਜਾਂਦਾ ਇਹਨਾਂ ਕਿਹੇ ਤੇਲ ਖਾਂਦਾ ਵਾ ਅਤੇ ਜਦੋਂ ਇਹ ਬੈਲਰ ਧਰਤੀ ਤੇ ਡਿੱਗਦਾ ਤੇ ਜੋ ਬੰਦਾ ਇਸ ਦੇ ਕੋਲ ਖੜਾ ਹੁੰਦਾ ਉਸ ਨੂੰ ਪਤਾ ਲੱਗ ਜਾਂਦਾ ਕਿ ਧਰਤੀ ਦੇ ਉੱਪਰ ਕੁਝ ਡਿੱਗਿਆ ਕਿਉਂਕਿ 5 ਤੋਂ 6 ਕੁਇੰਟਲ ਦਾ ਵਜ਼ਨ ਆ ਅਤੇ ਇੱਕ ਕਿੱਲੇ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਹੈ 6 ਤੋਂ 8 ਬਸ ਇੰਨੇ ਕੁ ਹੀ ਇਹ ਬੇਲਰ ਬਣਾਉਂਦੀ ਆ ਯਾਨੀ ਕਿ ਇੰਨੇਆਂ ਕੀ ਹੀ ਪਰਾਲੀ ਦੀਆਂ ਟਿੱਕੀਆਂ ਬਣਾਉਂਦੀ ਆ ਇਹ ਇਹ ਆ ਜੀ ਇਸ ਦੇ ਵਿੱਚ ਧਾਗੇ ਜੋ ਕਿ ਬੇਲਰ ਨੂੰ ਬੰਨ੍ਹਦੇ ਹੁੰਦੇ ਆ ਸਪੈਸ਼ਲ ਤਰ੍ਹਾਂ ਦਾ ਧਾਗਾ ਹੁੰਦਾ ਇਸ ਦੀ ਇੱਕ ਧਾਗੇ ਦੀ ਇਹ ਦੱਸਦੇ ਆ ਰੋਲ ਦੀ ਕੀਮਤ 5000 ਰੁਪਇਆ ਅਤੇ ਇਹ ਦੇਖੋ ਜੀ ਉਹ ਸਕਰੀਨ ਆ ਜਿਸ ਦੇ ਉੱਪਰ ਸਭ ਕੁਝ ਪਤਾ ਲੱਗਦਾ ਕਿ ਤੁਹਾਡੀ ਮਸ਼ੀਨ ਦੇ ਵਿੱਚ ਕੋਈ ਖਰਾਬੀ ਤਾਂ ਨਹੀਂ ਆਈ ਕੋਈ ਧਾਗਾ ਤਾਂ ਨਹੀਂ ਟੁੱਟਿਆ ਕਿੰਨੇ ਤੁਸੀਂ ਬੇਲਰ ਸ਼ਾਮ ਤੱਕ ਬਣਾਤੇ ਆ ਅਤੇ ਕਿੰਨੇ ਸਹਿਲਜ ਜਾਨੀ ਕਿ ਜਿੰਨੀ ਵੀ ਜਾਣਕਾਰੀ ਆ ਸਾਰੀ ਡਰਾਈਵਰ ਨੂੰ ਇੱਕ ਇੱਕ ਚੀਜ਼ ਦੀ ਪਤਾ ਲੱਗਦੀ ਰਹਿੰਦੀ ਆ ਮੈਂ ਜਦੋਂ ਇਸ ਵਿੱਚ ਵੀਡੀਓ ਬਣਾ ਰਿਹਾ ਸੀ ਤਾਂ ਬਾਰ ਬਾਰ ਬੀਪ ਦੀ ਆਵਾਜ਼ ਆ ਰਹੀ ਸੀ ਤੇ ਇਹ ਦੱਸਦੇ ਸੀ ਇਹਦੇ ਵਿੱਚ ਕੋਈ ਧਾਗੇ ਦੀ ਮਤਲਬ ਕਿ ਕੋਈ ਪ੍ਰੋਬਲਮ ਆਈ ਆ ਜੋ ਵੀ ਨਿੱਕੀ ਤੋਂ ਨਿੱਕੀ ਪ੍ਰੋਬਲਮ ਆ ਇਸ ਵਿੱਚ ਇਹ ਉਦੋਂ ਹੀ ਸ਼ੋ ਹੋ ਜਾਂਦੀ ਆ ਤੇ ਬਾਕੀ ਇਹ ਟਰੈਕਟਰ ਦਾ ਡੈਸ਼ਬੋਰਡ ਆ ਜੀ ਕਿਉਂਕਿ ਆਪਣੇ ਇਹ ਹਜੇ ਟਰੈਕਟਰ ਤੁਹਾਨੂੰ ਘਟ ਦੇਖਣ ਨੂੰ ਮਿਲਣਗੇ ਇਹਨਾਂ ਦੇ ਦਸਨ ਮੁਤਾਬਕ ਤਾਂ ਇਹ ਕਹਿੰਦੇ ਆ ਸਿਰਫ ਦੋ ਹੀ ਆ ਅਤੇ ਜੋ ਇਹ ਮਸ਼ੀਨ ਆ ਇਹ ਸਾਰੀ ਦੀ ਸਾਰੀ ਹਾਈਡਰੋਲਿਕ ਆ ਪ੍ਰੈਸ਼ਰ ਤੇ ਹੀ ਚੱਲਦੀ ਆ ਜੋ ਕੁਝ ਵੀ ਆ ਕੰਟਰੋਲ ਸਾਰਾ ਚੱਲਦੀ ਚੱਲਦੀ ਮਸ਼ੀਨ ਵੈਸੇ ਕੋਈ ਇਹ ਰੋਕ ਨਹੀਂ ਸਕਦੇ ਲੇਕਿਨ ਜਦੋਂ ਖਰਾਬੀ ਆ ਜਾਵੇ ਤੇ ਇਸ ਨੂੰ ਰੋਕਣਾ ਪੈਂਦਾ ਤੇ ਆ ਦੇਖੋ ਜੀ ਉਦੋਂ ਥੋੜਾ ਜਿਹਾ ਇਸ ਵਿੱਚ ਧਾਗੇ ਦੀ ਪ੍ਰੋਬਲਮ ਆ ਗਈ ਸੀ ਤੇ ਜਦੋਂ ਇਹਨਾਂ ਨੇ ਇਹ ਟਾਪਸ ਦਾ ਖੋਲਿਆ ਉਦੋਂ ਅਸੀਂ ਵੀ ਇਹ ਦੇਖਿਆ ਇਸ ਦੇ ਵਿੱਚ ਬਹੁਤ ਹੀ ਜ਼ਿਆਦਾ ਇੱਥੇ ਮਸ਼ੀਨ ਲੱਗੀ ਹੋਈ ਆ ਸੈਂਸਰ ਲੱਗੇ ਹੋਏ ਆ ਇਹੇ ਵਾਲਾ ਜੋ ਹਿੱਸਾ ਤੁਸੀਂ ਇਹ ਗੀਅਰ ਬਾਕਸ ਦੇਖ ਰਹੇ ਹੋ ਨਾ ਇੱਥੋਂ ਹੀ ਭਾਗਿਆਂ ਦੀ ਗੰਡ ਆਉਂਦੀ ਆ ਸਭ ਕੁਝ ਮਤਲਬ ਕਿ ਇਸ ਜਗ੍ਹਾ ਦੇ ਉੱਪਰ ਹੀ ਮੇਨ ਇਸ ਦਾ ਜੋ ਹੈੱਡ ਆ ਇਹ ਹੀ ਆ ਬਹੁਤ ਹੀ ਜ਼ਿਆਦਾ ਇੱਥੇ ਮਸ਼ੀਨਰੀ ਫਿੱਟ ਕੀਤੀ ਗਈ ਆ ਬਾਕੀ ਬਾਹਰਲੀ ਟੈਕਨੋਲੋਜੀ ਆ ਮੈਂ ਪਹਿਲਾਂ ਦੱਸ ਹੀ ਚੁੱਕਿਆ ਕਿ ਇਹ ਬੈਲਜੀਅਮ ਤੋਂ ਮਸ਼ੀਨ ਆਈ ਹੋਈ ਆ ਆਪਣੇ ਮਸ਼ੀਨਾਂ ਇਹ ਵੇਖਣ ਨੂੰ ਨਹੀਂ ਮਿਲਦੀਆਂ। ਬਾਕੀ ਅੱਜ ਦੀ ਆਪਣੀ ਵੀਡੀਓ ਇੰਨੀ ਸੀ ਜੀ ਜੇ ਵੀਡੀਓ ਵਧੀਆ ਲੱਗੇ ਅੱਗੇ ਸ਼ੇਅਰ ਕਰ ਦਿਓ। ਜੇ ਤੁਸੀਂ ਸਾਡੇ ਫੇਸਬੁਕ ਪੇਜ ਤੇ ਪਹਿਲੀ ਵਾਰੀ ਆਏ ਹੋ ਤਾਂ ਇਸ ਨੂੰ ਲਾਈਕ ਅਤੇ ਫੋਲੋ ਕਰ ਲਓ ਜੀ। ਆਪਾਂ ਇਹੋ ਜੀਆਂ ਨਵੀਂ-ਨਵੀਂ ਜਾਣਕਾਰੀ ਵਾਲੀਆਂ ਵੀਡੀਓ ਹਮੇਸ਼ਾ ਲੈ ਕੇ ਆਉਂਦੇ ਰਹਿੰਦੇ ਆਂ। ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।